सब्सक्राइब करें News89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद। वार्ड नंबर 9 में हो रहे पार्षद पद के चुनावों के प्रचार का आज आखिरी दिन होने की वजह से कांग्रेस पार्टी के उम्मीदवार श्री नरेंद्र शास्त्री के हक में कार्यकर्ताओं व वार्ड निवासियों ने भारी इकट्ठ कर पूरे वार्ड में एक रोड शो का आयोजन किया। इस रोड शो में सैकड़ों की संख्या में वार्ड निवासी व कांग्रेसी कार्यकर्ता का भारी इकट्ठ देखते ही बनता था। रोड शो में कांग्रेसी उम्मीदवार व हल्का विधायक सरदार हरदयाल सिंह कंबोज जिंदाबाद के नारे लगा रहे समर्थकों व वार्ड निवासियों ने अपने हाथ में कांग्रेस पार्टी के झंडे उठाए हुए एक साथ चलते हुए नजर आ रहे थे। आइए आपको दिखाते हैं कांग्रेसी उम्मीदवार श्री नरेंद्र शास्त्री के हक में निकाले गए विशाल रोड शो की कुछ झलकियां। इस रोड शो में कांग्रेस पार्टी के उम्मीदवार नरेंद्र शास्त्री व कई वार्ड निवासियों व कार्यकर्ताओं ने News89 की टीम से बात करते हुए इस रोड शो को कांग्रेस पार्टी की बड़ी जीत बताते हुए कहा कि लोगों ने आज ही हार जीत का फैसला कर दिया है। उन्हें उम्मीद नहीं थी कि लोगों में कांग्रेस पार्टी के प्रति इतना उत्साह है। आइए आपको सुनाते हैं वार्ड निवासियों व कार्यकर्ताओं ने क्या कहा। ये तो साफ देख रहे हैं, पर उनके वार्ड लोगों ने फैसला कर लिया। बाकी एक जी एक तरीका है कॉन्स्टिट्यूशनल रिजल्ट तो सामने ही अपने लोगों ने किन्नी तो लीड लग रही है सारी लोगों के उत्साह देख दे टोटली सारी लीड ही लीड काफी बड़ी काफी बड़ी लीड है। हां जी हां जी किन्नी लीड आएगी की कहना चाहोगे अपने समर्थकों को वार्ड निवासियों को अपील करना चाहूंगा रिकॉर्ड टूटेगा। इन लीड आज तक किसी की नहीं आई होनी जिनी शास्त्री जी की आई। कार जो रेंदे ने शास्त्री जी बहुत वधिया तरीके निभाणगे। लीड देंगे इन्नी लीड देंगे कि आज रिकॉर्ड टूट जाएगा। ਇਹਦਾ ਰਿਕਾਰਡ ਕਦੇ ਨਹੀਂ ਬਣਿਆ ਹੋਏਗਾ, ਇਤਿਹਾਸ ਲਿਖਿਆ ਜਾਊਗਾ।
ਤੁਸੀਂ ਦੇਖ ਲਓ ਯੂਥ ਕਾਂਗਰਸ ਕਿੰਨਾ ਉਤਸ਼ਾਹ ਹੈਗਾ ਲੋਕਾਂ ਦੇ ਵਿੱਚ। ਇਹ ਤੇ ਇੱਕ ਫੈਸਲਾ ਕਰ ਹੀ ਲਿਆ ਲੋਕਾਂ ਨੇ ਮਨਿੰਦਰ ਸ਼ਾਸਤਰੀ ਨੂੰ ਵਾਰਡ ਐਮਸੀ ਬਣਾ ਕੇ ਸ਼ਹਿਰ ਦਾ ਪ੍ਰਧਾਨ ਬਣਾਉਣਾ। ਤੁਸੀਂ ਲੀਡ ਬਾਰੇ ਗੱਲ ਕਰ ਰਹੇ ਸੀ ਥੋੜੇ ਦਿਨ ਪਹਿਲਾਂ, ਕਿੰਨੀ ਤੁਸੀਂ ਲੀਡ ਸਮਝਦੇ ਹੋ? 1500 ਤੋਂ ਪਲੱਸ ਲੀਡ ਜਾਏਗੀ ਜੀ। ਠੀਕ ਹੈ ਜੀ, ਕੋਈ ਵਾਰਡ ਨਿਵਾਸੀਆਂ ਨੂੰ ਕੋਈ ਅਪੀਲ ਕਰਨਾ ਚਾਹੋਗੇ? ਲੀਡ ਜਾਏਗੀ, ਇਸ ਤੋਂ ਵੀ ਵੱਧ ਵਾਸੀਆਂ ਨੂੰ ਅਪੀਲ ਹੱਥ ਜੋੜ ਕੇ ਬੇਨਤੀ ਕਰਦੇ ਆ ਜੀ, ਇੱਕ ਵਾਰੀ ਸ਼ਾਸਤਰੀ ਜੀ ਨੂੰ ਜਮਾ ਕੇ ਦੇਖੋ। 2 ਸਾਲ ਵਾਸਤੇ ਤੁਸੀਂ ਐਮਸੀ ਬਣਾਉਣਾ, ਉਸ ਤੋਂ ਬਾਅਦ ਫਿਰ ਇਹਨਾਂ ਤੁਹਾਡੀ ਕਚਹਿਰੀ ਦੇ ਵਿੱਚ ਆਣਾ। 2 ਸਾਲ ਇਹਨਾਂ ਨੂੰ ਜਮਾ ਕੇ ਦੇਖੋ, ਵੱਧ ਤੁਹਾਨੂੰ ਵੋਟਾਂ। ਜਿਹਦਾ ਇੰਨਾ ਵੱਡਾ ਇਕੱਠ ਦੇਖ ਕੇ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਲੋਕ ਸ਼੍ਰੀ ਨਰਿੰਦਰ ਸ਼ਾਸਤਰੀ ਜੀ ਨੂੰ ਔਰ ਸ਼੍ਰੀ ਸਰਦਾਰ ਹਰਦਿਆਲ ਸਿੰਘ ਕੰਬੋਜ ਜੀ ਨੂੰ ਕਿੰਨਾ ਪਿਆਰ ਕਰਦੇ ਹਨ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਦੁਬਾਰਾ ਅਪੀਲ ਕਰਾਂਗਾ ਕਿ ਆਪਣਾ ਇੱਕ ਇੱਕ ਚੋਣ ਨਿਸ਼ਾਨ ਹੱਥ ਪੰਜੇ ਦੇ ਉੱਤੇ ਲਾ ਕੇ ਨਰਿੰਦਰ ਸ਼ਾਸਤਰੀ ਜੀ ਨੂੰ ਕਮੇਟੀ ਦਾ ਪ੍ਰਧਾਨ ਬਣਾਉਣ ਵਿੱਚ ਆਪਣਾ ਸਹਿਯੋਗ ਦਿਓ। ਸਾਨੂੰ ਤਾਂ ਇੰਨਾ ਮਾਣ ਹੈ ਪ੍ਰਧਾਨ ਨਰਿੰਦਰ ਸ਼ਾਸਤਰੀ ਜੀ ਦੇ, ਕੈਸੀ ਕਾਂਗਰਸ ਪਾਰਟੀ ਦਾ ਇੱਕ ਲੀਡਰ ਸਾਫ਼ ਸੁਥਰਾ ਬਣਾਉਣ, ਕਮੇਟੀ ਦਾ ਪ੍ਰਧਾਨ ਬਣਾਉਣ ਲੱਗੇ ਹੈ। ਔਰ ਵਾਰਡ ਦੇ ਜਿੰਨੇ 9 ਨੰਬਰ ਵਾਰਡ ਤੋਂ ਹੈ, ਸਾਰਿਆਂ ਨੂੰ ਧੰਨਵਾਦ ਕਰਦੇ ਕਿ ਇੱਕ ਵਾਰੀ ਸ਼ਾਸਤਰੀ ਜੀ ਨੂੰ ਅਜਮਾਓ ਔਰ ਮੌਕਾ ਦਿਓ ਤੁਹਾਡੀ ਸੇਵਾ ਕਰਨ ਦਾ, ਤਾਂ ਕਿ ਕਾਮਯਾਬ ਹੋ ਕੇ ਰਾਜਪੁਰੇ ਦਾ ਵਿਕਾਸ ਕਰ ਸਕਣ। ਜਿੱਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਮ ਸੇ ਕਮ 2500 ਵਿਕਟ ਜਿੱਤਣਗੇ। ਕਿਵੇਂ ਕਹਿ ਸਕਦੇ ਹੋ? ਤੁਸੀਂ ਕੱਟ ਦੇਖ ਲਓ, ਠਾਠਾ ਮਾਰਦਾ ਕੱਟ ਜਿਹੜਾ 19 ਨੰਬਰ ਵਾਰਡ ਤੋਂ ਹੈ। ਹਾਂਜੀ ਹਾਂਜੀ, ਇਹ ਕਮ ਸੇ ਕਮ ਵੀ 2500 ਵਿਕਟ ਜਿੱਤਣਗੇ ਘੱਟੋ ਘੱਟ। ਪੂਰਾ ਦਾਅਵਾ ਹੈ? ਪੂਰਾ 100% ਦਾਅਵਾ ਹੈ ਜੀ। ਠੀਕ ਹੈ ਜੀ। ਨਰਿੰਦਰ ਸ਼ਾਸਤਰੀ, ਕੀ ਕਹਿਣਾ ਚਾਹੋਗੇ ਯੂਥ ਵੱਲੋਂ? ਸ਼ਾਸਤਰੀ ਅਪੀਲ ਕੀ ਕਰਨਾ ਚਾਹੋਗੇ ਵਾਰਡ ਵਾਸੀਆਂ ਨੂੰ? ਅਸੀਂ ਵਾਰਡ ਨੰਬਰ 9 ਦੇ ਵਾਸੀਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਨਰਿੰਦਰ ਸ਼ਾਸਤਰੀ ਜੀ ਨੂੰ ਕਾਮਯਾਬ ਬਣਾਓ ਤੇ ਇਹੋ ਜੀ ਲੀਡ ਉਹਨਾਂ ਨੂੰ ਦਿਵਾਓ ਕਿ ਪੂਰੇ ਪੰਜਾਬ ਵਿੱਚ ਇਸ ਕਿਸੇ ਵੀ ਵਾਰਡ ਦੇ ਵਿੱਚ ਕਿਸੇ ਐਮਸੀ ਸਾਹਿਬ ਨੂੰ ਕਿਸੇ ਨੂੰ ਇਹੋ ਜੀ ਲੀਡ ਨਾ ਮਿਲੀ ਹੋਵੇ। ਨਰਿੰਦਰ ਸ਼ਾਸਤਰੀ ਜਿੰਦਾਬਾਦ! ਨੰਬਰ ਵਾਰਡ ਨੇ ਸ਼ਾਸਤਰੀ ਜੀ ਨੂੰ ਅੱਜ ਵੋਟ ਤੋਂ ਪਹਿਲਾਂ ਹੀ ਜਿਤਾ ਦਿੱਤਾ ਹੈ। ਇੰਨਾ ਇੱਕ ਇਕੱਠ ਅੱਜ ਹੋ ਗਿਆ ਹੈ, ਇਹ ਸਾਰਾ ਵਾਰਡ ਦਾ ਹੀ ਇਕੱਠ ਹੈ, ਕਿਸੇ ਬੁਲਾਏ ਹੋਏ ਲੋਕ ਨਹੀਂ ਹੈ ਕਿੱਥੋਂ ਆਏ, ਇਹ ਸਾਰਾ ਵਾਰਡ ਦਾ ਹੀ ਇਕੱਠ ਹੈ ਜਿੰਨਾ ਵੀ ਨਾਲ ਹੈ। ਸ਼ਾਸਤਰੀ ਜੀ ਨੂੰ ਅੱਜ ਪਹਿਲਾਂ ਹੀ ਜਿਤਾ ਦਿੱਤਾ ਹੈ। ਹਾਂਜੀ ਸਰ, ਮੈਂ ਵਾਰਡ ਨੰਬਰ 9 ਦੇ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਨਰਿੰਦਰ ਸ਼ਾਸਤਰੀ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ, ਕਿਉਂਕਿ ਇਹ ਰਾਜਪੁਰੇ ਦੇ ਵਿੱਚ ਜਿਹੜੀ ਜੀਤ ਹਾਸਿਲ ਕਰਨਗੇ ਤੇ ਨਗਰ ਕੌਂਸਲ ਦੇ ਪ੍ਰਧਾਨ ਬਣਨਗੇ ਉਸ ਤੋਂ ਬਾਅਦ। ਤੇ ਇਹ ਸ਼ੁਰੂ ਤੋਂ ਹੀ ਸਮਾਜ ਸੇਵੀ ਨੇ ਬਹੁਤ ਵਧੀਆ ਕੰਮ ਕਰਦੇ ਆਏ ਹੈ ਤੇ ਇਹਨਾਂ ਨੇ ਰਾਜਪੁਰੇ ਦਾ ਬਹੁਤ ਹੀ ਅੱਛਾ ਨਾਮ ਕਮਾਇਆ ਆਪਣਾ, ਤੇ ਮੈਂ ਲੋਕਾਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦਾ ਦਿੱਤਾ। ਨੰਬਰ 9 ਕੇ ਵਾਸੀਓ ਸੇ ਅਪੀਲ ਕਰਨਾ ਚਾਹਤਾ ਹੂੰ ਕਿ ਜ਼ਿਆਦਾ ਸੇ ਜ਼ਿਆਦਾ ਵੋਟੇ ਡਾਲ ਕਰ ਨਰਿੰਦਰ ਸ਼ਾਸਤਰੀ ਜੀ ਕੋ ਕਾਮਯਾਬ ਬਣਾਏ। ठीक है, अब 24 तारीख को केवल 2 ही दिन बाकी रह गए हैं और चुनाव प्रचार आज से समाप्त हो गया है, मगर उम्मीदवारों के हौसले और ज्यादा बुलंद नजर आ रहे हैं। वो वोटरों से आज भी नजदीकियां बनाने में लगे हुए हैं, मगर 9 नंबर वार्ड का वोटर पढ़ा लिखा और समझदार है। वो आने वाली 24 तारीख का इंतजार कर रहा है कि कब 24 तारीख आए और वो अपना मनपसंद पार्षद चुन पाए। राजपुरा से कैमरामैन ललित कुमार के साथ मीडिया पर्सन संदीप चौधरी, न्यूज 89। सब्सक्राइब करें न्यूज 89 चैनल को और बेल आइकन दबाना ना भूलें, सबसे तेज सबसे पहले खबरें देखने के लिए। धन्यवाद।